ਲੁਧਿਆਣਾ ਦੀ ਮਾਡਲ ਟਾਊਨ ਮਾਰਕੀਟ ਤੋਂ ਇੱਕ ਔਰਤ ਤੋਂ ਦੋ ਵਿਅਕਤੀਆਂ ਨੇ 1.25 ਲੱਖ ਰੁਪਏ ਨਾਲ ਭਰਿਆ ਬੈਗ ਖੋਹ ਲਿਆ। ਤੁਹਾਨੂੰ ਇਹ ਦੱਸ ਦਈਏ ਇਹ ਘਟਨਾ ਮੰਗਲਵਾਰ ਦੀ ਹੈ। ਇਹ ਦੋ ਔਰਤਾਂ ਬਠਿੰਡੇ ਤੋਂ, ਦੋ ਭੈਣਾਂ ਲੁਧਿਆਣੇ ਸ਼ਾਪਿੰਗ ਕਰਨ ਆਈਆਂ ਸੀਗੀਆਂ ਤੇ ਮਾਡਲ ਟਾਊਨ ਮਾਰਕੀਟ ਦੇ ਵਿੱਚ ਇੱਕ ਸ਼ੂ ਸਟੋਰ ਤੋਂ ਉਹਨਾਂ ਨੇ ਪਰਚੇਜ਼ਿੰਗ ਕੀਤੀ, ਕੁਝ ਫੁੱਟਵੀਅਰਸ ਖਰੀਦੇ ਤੇ ਉਸ ਤੋਂ ਬਾਅਦ ਉਹ ਮਾਡਲ ਟਾਊਨ ਲੁਧਿਆਣਾ ਦੀ ਮਾਰਕੀਟ ਜਿਹੜੀ ਹੈਗੀ ਆ ਉੱਥੋਂ ਦੇ ਚੌਕ ਵੱਲ ਤੁਰ ਕੇ ਜਾ ਰਹੀਆਂ ਸਨ। ਸਕੂਟਰ ਤੇ ਦੋ ਵਿਅਕਤੀ ਆਉਂਦੇ ਨੇ ਅਤੇ ਉਹਨਾਂ ਦਾ ਪਰਸ ਖੋ ਕੇ ਲੈ ਜਾਂਦੇ ਨੇ। ਅਮਨਪ੍ਰੀਤ ਬੱਸੀ ਦਾ ਇਹ ਪਰਸ ਸੀਗਾ ਤੇ ਉਹਨਾਂ ਨੇ ਦੱਸਿਆ 1.25 ਲੱਖ ਰੁਪਈਆ ਉਹਨਾਂ ਦੇ ਕੋਲ ਸੀਗਾ ਉਸ ਬੈਗ ਦੇ ਵਿੱਚ, ਅਤੇ ਉਹਨਾਂ ਦੀ ਭੈਣ ਵੀ ਉਹਨਾਂ ਦੇ ਨਾਲ ਸੀਗੇ ਜੋ ਕਿ ਬਠਿੰਡਾ ਤੋਂ ਆਏ ਸੀਗੇ। ਦੋਨੋਂ ਭੈਣਾਂ ਬਠਿੰਡਾ ਦੇ ਸਿਵਲ ਲਾਈਨਸ ਇਲਾਕੇ ਤੋਂ ਦੋਵੇਂ ਲੁਧਿਆਣਾ ਸ਼ਾਪਿੰਗ ਕਰਨ ਆਏ ਸੀਗੇ ਤੇ ਇਹ ਘਟਨਾ ਮੰਗਲਵਾਰ ਨੂੰ ਮਾਡਲ ਟਾਊਨ ਮਾਰਕੀਟ ਦੀ ਹੈ। ਤੁਹਾਨੂੰ ਇਹ ਦੱਸ ਦਈਏ ਮਾਡਲ ਟਾਊਨ ਮਾਰਕੀਟ, ਕੁਮਾਰ ਮੰਡੀ ਮਾਰਕੀਟ, ਚੌੜਾ ਬਾਜ਼ਾਰ, BRS ਨਗਰ, ਇਹ ਕੁਝ ਮਾਰਕੀਟਸ ਨੇ ਜਿੱਥੋਂ ਕਾਫੀ ਹੋਰਨਾਂ ਸ਼ਹਿਰਾਂ ਤੋਂ ਵੀ ਲੋਕ ਲੁਧਿਆਣੇ ਆਉਂਦੇ ਨੇ ਸ਼ਾਪਿੰਗ ਕਰਨ ਵਾਸਤੇ, ਕਿਉਂਕਿ ਲੁਧਿਆਣਾ ਪੰਜਾਬ ਦਾ ਸੈਂਟਰ ਹੈ। ਇੱਥੋਂ ਬਠਿੰਡਾ, ਖੰਨਾ, ਸਰਹੰਦ, ਮੰਡੀ ਗੋਬਿੰਦਗੜ੍ਹ, ਜਲੰਧਰ, ਫਰੀਦਕੋਟ, ਰੋਪੜ ਤੇ ਹੋਰਨਾਂ ਵੀ ਕਈ ਥਾਵਾਂ ਤੋਂ ਰਿਟੇਲ ਦੇ ਗਾਹਕ ਇੱਥੇ ਆਉਂਦੇ ਨੇ। ਤੇ ਜਦੋਂ ਲੋਕ ਛੋਟੇ ਸ਼ਹਿਰਾਂ ਤੋਂ ਆਉਂਦੇ ਨੇ ਤਾਂ ਇੱਥੇ ਦੀ ਜਿਹੜੀ ਭੀੜ ਭਾੜ ਹੈ ਉਹਦੇ ਕਰਕੇ ਵੀ ਕਈ ਵਾਰੀ ਉਹ ਪੂਰਾ ਧਿਆਨ ਨਹੀਂ ਰੱਖਦੇ ਅਤੇ ਇਸ ਅਣਗਹਿਲੀ ਦੇ ਕਰਕੇ ਉਹ ਕੋਈ ਨਾ ਕੋਈ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਨੇ। ਕਿਉਂਕਿ ਇਹ ਜਿਹੜੀ ਮਾਰਕੀਟਸ ਹੁੰਦੀਆਂ ਨੇ ਇਹਨਾਂ ਦੇ ਵਿੱਚ ਭੀੜ ਭੜਾਕਾ ਬਹੁਤ ਹੁੰਦਾ ਹੈ ਤੇ ਇਸ ਕਰਕੇ ਲੋਕ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ। ਖਾਸ ਕਰਕੇ ਜਦੋਂ ਵੀ ਇਹਨਾਂ ਕੈਸ਼ ਪਰਸ ਦੇ ਵਿੱਚ ਪਾ ਕੇ ਜਾਂ ਬੈਗ ਦੇ ਵਿੱਚ ਜਾਂ ਵਾਲਟ ਦੇ ਵਿੱਚ ਪਾ ਕੇ ਕੈਰੀ ਕੀਤਾ ਜਾਂਦਾ ਹੈ ਅਤੇ ਮਾਰਕੀਟ ਦੇ ਵਿੱਚ ਪੈਦਲ ਚੱਲਿਆ ਜਾਂਦਾ ਹੈ ਜਾਂ ਰਿਕਸ਼ੇ 'ਤੇ ਜਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਵਲਨਰੇਬਲ ਉੱਥੇ ਹੋ ਜਾਂਦੇ ਨੇ। ਸੋ ਅਸੀਂ ਸੁਚੇਤ ਕਰਦੇ ਹਾਂ ਸਾਰਿਆਂ ਨੂੰ, ਜਿਹੜੇ ਵੀ ਵਿਅਕਤੀ ਸ਼ੋਪਿੰਗ ਕਰਨ ਵਾਸਤੇ ਆਉਣ, ਖਾਸ ਕਰਕੇ ਇੰਨਾ ਕੈਸ਼ ਕੋਲ ਨਾ ਰੱਖਣ। ਜੇ ਕੈਸ਼ ਹੈਗਾ ਵੀ ਹੈ ਤਾਂ ਬਹੁਤ ਸਾਵਧਾਨੀ ਵਰਤਣ, ਜਾਂ ਤਾਂ ਉਹ ਗੱਡੀ ਦੇ ਵਿੱਚ ਆਉਣ ਜਾਂ ਕਿਸੇ ਵੀ ਚੀਜ਼ 'ਤੇ ਆ ਰਹੇ ਨੇ ਅਤੇ ਉਹ ਹਮੇਸ਼ਾ ਆਸ ਪਾਸ ਜਿਹੜਾ ਹੈ ਧਿਆਨ ਰੱਖਣ, ਖਾਸ ਕਰਕੇ ਜਦੋਂ ਉਹ ਵਾਕ ਕਰ ਰਹੇ ਨੇ ਜਾਂ ਰਿਕਸ਼ੇ 'ਤੇ ਜਾ ਰਹੇ ਨੇ ਉਦੋਂ ਕੈਸ਼ ਨਾ ਕੈਰੀ ਕਰਨ, ਬਲਕਿ ਕਾਰਡ ਦਾ ਇਸਤੇਮਾਲ ਕੀਤਾ ਜਾਵੇ ਜਾਂ ਗੂਗਲ ਪੇ, ਪੇਟੀਐਮ, ਕਿਉਂਕਿ ਇੱਦਾਂ ਦੇ ਜਿਹੜੇ ਸਾਧਨ ਨੇ ਇਹ ਬਿਨਾਂ OTP ਜਾਂ ਪਾਸਵਰਡ ਤੋਂ ਨਹੀਂ ਚੱਲਦੇ ਅਤੇ ਇਹ ਪਾਸਵਰਡ ਜਾਂ ਤਾਂ ਤੁਹਾਨੂੰ ਪਤਾ ਹੁੰਦੇ ਨੇ ਜਾਂ ਫਿਰ ਤੁਹਾਡੇ ਫੋਨ 'ਤੇ ਆਉਂਦੇ ਨੇ ਅਤੇ ਕੁਛ ਨਾ ਕੁਛ ਸੇਫਟੀ ਇਹਨਾਂ ਦੇ ਕਰਕੇ ਹੋ ਜਾਂਦੀ ਹੈ। ਹੁਣ ਇਸ ਮਾਮਲੇ ਦੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਜਿਹੜਾ ਹੈ ਮਾਮਲਾ ਪੁਲਿਸ ਨੇ ਦਰਜ ਕਰ ਲਿਆ ਹੈ ਅਤੇ ਇਹਨਾਂ ਦੀ ਹਜੇ ਪਛਾਣ ਨਹੀਂ ਕੀਤੀ ਗਈ ਹੈ। ਅਤੇ ਅਮਨਪ੍ਰੀਤ ਬੱਸੀ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਭੈਣ ਦੀ ਨਾਲ ਆਏ ਸੀਗੇ ਅਸਰੀਨ ਅਸੀਜਾ ਦੇ ਨਾਲ ਅਤੇ ਮਾਰਕੀਟ ਦੇ ਵਿੱਚ ਉਹ ਕੁਛ ਸਮਾਨ ਲੈ ਕੇ ਹੀ ਇੱਕ ਫੁੱਟਵੇਅਰ ਦੀ ਦੁਕਾਨ ਤੋਂ ਨਿਕਲੇ ਸੀਗੇ ਅਤੇ ਇਹ ਮੰਦਭਾਗੀ ਘਟਨਾ ਉਹਨਾਂ ਦੇ ਨਾਲ ਵਾਪਰ ਗਈ। ਉਮੀਦ ਕਰਦੇ ਹਾਂ ਇੱਦਾਂ ਦੀਆਂ ਹੋਰ ਘਟਨਾਵਾਂ ਲੁਧਿਆਣੇ ਦੇ ਵਿੱਚ ਨਹੀਂ ਹੋਣਗੀਆਂ। ਲੁਧਿਆਣਾ ਪੋਸਟ ਵਾਸਤੇ ਮਨੀਤ ਸਿੰਘ, ਬਹੁਤ ਬਹੁਤ ਧੰਨਵਾਦ।